ਇਸ ਕੈਂਪ ਦੇ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਇਹ ਕੈਂਪ ਸਾਡਾ ਜੋ ਅੱਜ 30 ਦਸੰਬਰ ਤੋਂ ਲੈ ਕੇ 5 ਜਨਵਰੀ 2024 ਤੱਕ 7 ਦਿਨਾਂ ਦੇ ਵਿੱਚ ਕੰਪਲੀਟ ਹੋਵੇਗਾ। ਇਸ ਕੈਂਪ ਦੇ ਵਿੱਚ ਪ੍ਰਿੰਸੀਪਲ ਸਾਹਿਬ ਵੱਲੋਂ ਸਾਨੂੰ ਜੋ ਟਾਰਗੇਟ ਦਿੱਤੇ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਨਿਰਧਾਰਿਤ ਸਮੇਂ ਦੇ ਵਿੱਚ ਪੂਰਾ ਕਰੀਏ। ਸੋ ਇਸ ਕੈਂਪ ਦੇ ਨਾਲ ਦੇਸ਼ ਅਤੇ ਰਾਸ਼ਟਰੀ ਸੇਵਾ ਦੀ ਜਿਹੜੀ ਭਾਵਨਾ ਦਾ ਸੰਕਲਪ ਅਸੀਂ ਲੈ ਕੇ ਚੱਲੇ ਹਾਂ। ਸੋ ਮੈਨੂੰ ਪੂਰੀ ਉਮੀਦ ਹੈ ਕਿ ਬੱਚੇ ਇਸ 7 ਦਿਨਾਂ ਦੇ ਵਿੱਚ ਉਸ ਕੰਸੈਪਟ ਨੂੰ ਆਪਣੇ ਘਰਾਂ 'ਚ ਲੈ ਕੇ ਜਾਣਗੇ ਜੋ ਉੱਥੇ ਉਹ ਸਿੱਖਣਗੇ। ਸੋ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਪ੍ਰਿੰਸੀਪਲ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਆਉਣ ਅਤੇ ਇਸ ਕੈਂਪ ਨੂੰ ਆਰੰਭ ਕਰਨ ਲਈ ਆਪਣਾ ਆਸ਼ੀਰਵਾਦ ਦੇਣ। ਪ੍ਰਿੰਸੀਪਲ ਡਾਕਟਰ ਵਿਨੇ ਕੁਮਾਰ ਜੀ, ਸਰ ਅਨਿਲ ਜੀ, ਇੰਦਰਜੀਤ ਜੀ ਪ੍ਰੋਗਰਾਮ ਆਫਿਸਰ, ਮੇਰੇ ਕੁਲੀਗ ਮੈਡਮ ਰੀਨਾ ਜੀ, ਸੁਬੋਧ ਜੀ, ਕਮਲਜੀਤ ਜੀ ਅਤੇ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਵੀ 7 ਡੇਜ਼ NSS ਕੈਂਪ ਦੇ ਵਿੱਚ ਪਾਰਟੀਸਪੇਟ ਸਟੂਡੈਂਟਸ ਨੇ ਕੀਤਾ ਸੀ, ਔਰ ਜਿਸ ਤਰ੍ਹਾਂ ਅੱਜ ਪਹਿਲੇ ਦਿਨ ਤੁਸੀਂ ਸਾਰੇ ਬੈਠੇ ਹੋ, ਇਸ ਤਰ੍ਹਾਂ ਹੀ ਉਸ ਦਿਨ ਪਹਿਲੇ ਦਿਨ ਬੈਠੇ ਹੋਏ ਮੈਂ ਤੁਹਾਨੂੰ ਇੱਕ ਸੈਂਟੈਂਸ ਕਿਹਾ ਸੀ ਸਟੂਡੈਂਟਸ ਨੂੰ ਕਿ ਤੁਸੀਂ ਸੋਚਣਾ ਅਖੀਰਲੇ ਦਿਨ ਤੁਸੀਂ ਇਸ ਕੈਂਪ ਦੇ ਵਿੱਚੋਂ ਕੀ ਸਿੱਖਿਆ। ਅਤੇ ਜਦੋਂ ਲਾਸਟ ਦੇ ਬੱਚਿਆਂ ਨਾਲ ਗੱਲ ਕਰ ਰਹੇ ਸੀ ਤਾਂ ਬੱਚੇ ਆਪਣੇ ਕਈ ਨਵੇਂ ਐਕਸਪੀਰੀਅੰਸਿਸ ਸ਼ੇਅਰ ਕਰ ਰਹੇ ਸੀ ਜਿਹੜੇ ਸ਼ਾਇਦ ਤੁਸੀਂ ਆਪਣੇ ਘਰਾਂ ਦੇ ਵਿੱਚ ਉਹ ਐਕਸਪੀਰੀਅੰਸਿਸ ਨਹੀਂ ਲੈ ਪਾਉਂਦੇ। ਤੁਹਾਨੂੰ ਕੋਆਪਰੇਸ਼ਨ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਕੋਆਪਰੇਟ ਕਰਨਾ, ਸ਼ਾਇਦ ਘਰ ਦੇ ਵਿੱਚ ਤੁਸੀਂ ਕਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਜਿਹੜਾ ਤੁਸੀਂ ਇੱਥੇ ਵੀ ਕਰੋਗੇ, ਸਿਰਫ ਕਰੋਗੇ ਨਹੀਂ ਉਹਨੂੰ ਉਸ ਕੰਮ ਨੂੰ ਸਿੱਖੋਗੇ ਵੀ ਚੰਗੀ ਤਰ੍ਹਾਂ ਨਾਲ, ਤੁਹਾਨੂੰ ਸਮਝ ਵੀ ਆਏਗਾ ਕਿ ਇਹਦੀ ਇੰਪੋਰਟੈਂਸ ਕੀ ਹੈ। ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਅੱਜ ਕਹਿਣੀ ਚਾਹਾਂਗਾ ਕਿ ਜਿਸ ਤਰ੍ਹਾਂ ਜੇ ਅਸੀਂ ਮੰਨ ਲਓ ਕਾਲਜ ਦੇ ਵਿੱਚ ਜਿਹੜਾ ਸਾਡਾ ਅਡੋਪਟਿਡ ਵਿਲੇਜ ਹੈ ਅਸੀਂ ਉਸ ਵਿਲੇਜ ਦੇ ਵਿੱਚ ਜਾਵਾਂਗੇ, ਉੱਥੇ ਜਾ ਕੇ ਜੇ ਥੋੜ੍ਹਾ ਬਹੁਤ ਸਫਾਈ ਨਾਲ ਸੰਬੰਧਿਤ ਕੰਮ ਕਰਾਂਗੇ, ਉਹਦੇ ਤੋਂ ਇੱਕ ਚੀਜ਼ ਜ਼ਰੂਰ ਸਿੱਖਣੀ ਹੈ। ਮੈਂ ਅੱਜ ਪਹਿਲੇ ਦਿਨ ਹੀ ਕਹਿੰਦਾ ਅਤੇ ਅਖੀਰਲੇ ਦਿਨ ਇਹ ਚੀਜ਼ ਬਾਰੇ ਮੈਨੂੰ ਆਪਣਾ ਐਕਸਪੀਰੀਅੰਸ ਜ਼ਰੂਰ ਦੱਸੀ, ਉਹ ਜ਼ਰੂਰ ਸਿੱਖਣੀ ਹੈ ਕਿ ਜਦੋਂ ਅਸੀਂ ਕੋਈ ਕਾਗਜ਼ ਜਾਂ ਕੋਈ ਚੀਜ਼ ਚਲੇ ਜਾਂਦੇ ਸੜਕ ਦੇ ਉੱਤੇ ਜਾਂ ਕਾਲਜ ਦੇ ਵਿੱਚ ਲੋਨ ਦੇ ਵਿੱਚ ਗਰਾਊਂਡ ਦੇ ਵਿੱਚ ਕਿਤੇ ਸਿੱਟਦੇ ਹਾਂ, ਉਹਦਾ ਕਿੰਨਾ ਨੁਕਸਾਨ ਹੈ ਕਿ ਜਦੋਂ ਅਸੀਂ ਉਸ ਚੀਜ਼ ਨੂੰ ਅਸੀਂ ਚੱਕਾਂਗੇ ਨਾ ਕਾਗਜ਼, ਕਿਤੇ ਜਾ ਕੇ ਸਫਾਈ ਕਰਾਂਗੇ, ਕੋਈ ਕਾਗਜ਼ ਨੂੰ ਉਠਾ ਲਾਂਗੇ, ਕਿਸੇ ਹੋਰ ਘਾਹ ਨੂੰ ਚੱਕ ਲਵਾਂਗੇ, ਕਿਸੇ ਚੀਜ਼ ਨੂੰ ਉਠਾ ਕੇ ਉਸ ਜਗ੍ਹਾ ਨੂੰ ਸਾਫ਼ ਕਰਾਂਗੇ, ਸਾਨੂੰ ਬੜੀ ਸੈਟਿਸਫੈਕਸ਼ਨ, ਬੜੀ ਖੁਸ਼ੀ ਮਿਲੇਗੀ ਵੀ ਆਈ ਹੈਵ ਡਨ ਸਮਥਿੰਗ, ਮੈਂ ਕੁਛ ਕੀਤਾ। ਇਸ ਤੋਂ ਇੱਕ ਸਬਕ ਹੀ ਲਵਾਂਗੇ ਕਿ ਅਸੀਂ ਐਟਲੀਸਟ ਨਾ ਤਾਂ ਅੱਗੇ ਤੋਂ ਕਦੀ ਇਸ ਤਰ੍ਹਾਂ ਦੀ ਕੋਈ ਚੀਜ਼ ਨੂੰ ਸਿੱਟਣਾ ਅਤੇ ਨਾ ਹੀ ਦੂਸਰੇ ਨੂੰ ਸਿੱਟਣ ਤੋਂ ਥੋੜ੍ਹਾ ਰੋਕਣਾ, ਉਹਨੂੰ ਪ੍ਰੇਰਿਤ ਕਰਨਾ ਕਿ ਉਹ ਵੀ ਨਾ ਸਿੱਟੇ। ਮੈਨੂੰ ਯਾਦ ਹੈ ਜਦੋਂ ਮੈਂ ਪਿਛਲੇ ਕਾਲਜ ਦੇ ਵਿੱਚ ਸੀਗਾ, ਉੱਥੇ ਇੱਕ ਗਾਂਧੀ ਸਟੱਡੀ ਸੈਂਟਰ ਸੀ, ਉਹਦੇ ਡਾਇਰੈਕਟਰ ਦੇ ਤੌਰ 'ਤੇ ਮੈਂ ਕੰਮ ਕਰਦਾ ਸੀ ਅਤੇ ਹਰ ਸਾਲ 3 ਮਹੀਨੇ ਬਾਅਦ ਅਸੀਂ ਇੱਕ 1 ਡੇ ਕੈਂਪ ਲਗਾਈਦਾ ਸੀ। ਉੱਥੇ ਗਾਂਧੀ ਯੁਵਾ ਮੰਚ ਦੇ ਨਾਮ ਤੋਂ ਸਟੂਡੈਂਟਸ ਦਾ ਇੱਕ ਕਲੱਬ ਬਣਾਇਆ ਹੋਇਆ ਸੀ ਜਿਹਦੇ ਵਿੱਚ ਵਲੰਟੀਅਰਸ ਸੀਗੇ, ਜਿਸ ਤਰ੍ਹਾਂ NSS ਦੇ ਇਸ ਤਰ੍ਹਾਂ ਵਲੰਟੀਅਰਸ ਹੁੰਦੇ ਸੀ। ਉਹ ਬੱਚੇ ਆਪਣੇ ਆਪ ਹੀ ਇੱਕ ਵਿਜ਼ਨ ਲੈ ਕੇ ਆਉਂਦੇ ਸੀ, ਜਿਸ ਤਰ੍ਹਾਂ ਉਹਨਾਂ ਨੇ ਸਭ ਤੋਂ ਪਹਿਲੇ ਮੈਨੂੰ ਕਿਹਾ ਕਿ ਸਰ ਅਸੀਂ ਨਾ ਕਾਲਜ ਦੇ ਜਿਹੜੇ ਪਲਾਂਟਸ ਹੈ ਅਡੋਪਟ ਕਰਨੇ ਹੈ। ਅਤੇ ਮੈਂ ਉਹਨੂੰ ਕਿਹਾ ਠੀਕ ਹੈ, ਇੱਕ ਛੋਟਾ ਜਿਹਾ ਕੋਈ ਸਟਿੱਕ ਲਓ, ਲੱਕੜੀ ਦੀ ਸਟਿੱਕ ਲਓ, ਉਹਦੇ ਉੱਤੇ ਆਪਣਾ ਨਾਮ ਲਿਖ ਕੇ ਅਡੋਪਟਡ ਬਾਏ ਆਪਣਾ ਨਾਮ, ਕਲਾਸ ਅਤੇ ਰੋਲ ਨੰਬਰ ਲਿਖ ਦਿਓ। ਅਤੇ ਇਹਨਾਂ ਮੈਂ ਕਦੀ ਕਦੀ ਕਾਲਜ ਵਿੱਚ ਘੁੰਮਦੇ ਹੋਏ ਚੈੱਕ ਕਰਿਆ ਕਰਨਾ ਵੀ ਕਿਹਦੇ ਨਾਮ 'ਤੇ ਹੈ, ਇਹ ਬੂਟਾ ਠੀਕ ਚੱਲ ਰਿਹਾ ਜਾਂ ਨਹੀਂ, ਇਹਦੀ ਗੁਡਾਈ ਹੋਈ ਹੈ ਜਾਂ ਨਹੀਂ। ਚਾਹੇ ਤੁਸੀਂ ਆਪ ਕਰੋ, ਚਾਹੇ ਮਾਲੀ ਨੂੰ ਪਕੜ ਕੇ ਕਰਵਾਉਣਾ, ਚਾਹੇ ਪਾਣੀ ਖੁਦ ਦਿਓ, ਚਾਹੇ ਮਾਲੀ ਨੂੰ ਕਹਿਣਾ ਪਾਣੀ ਦਿਓ, ਤੁਹਾਡਾ ਬੂਟਾ ਵਧੀਆ ਹੋਣਾ ਚਾਹੀਦਾ। ਇੱਥੇ ਬੜੀ ਖੁਸ਼ੀ ਹੁੰਦੀ ਸੀ ਜਦੋਂ ਮੈਂ ਕਾਲਜ ਦੇ ਕੋਰੀਡੋਰ ਦੇ ਵਿੱਚੋਂ ਨਿਕਲਦਾ ਸੀ ਤਾਂ ਬੱਚਿਆਂ ਨੇ, ਕਈਆਂ ਨੇ ਆਪਣੇ ਨਾਮ ਉੱਥੇ ਸਲਿੱਪ ਲਗਾਈ ਹੁੰਦੀ ਸੀ ਆਪਣੇ ਨਾਮ ਦੀ, ਅਤੇ ਬੱਚੇ ਉਸ ਬੂਟੇ ਦਾ ਧਿਆਨ ਰੱਖਦੇ ਸੀ।
ਉਹ ਪਹਿਲੀ ਵਾਰੀ ਇੱਕ ਸਾਲ ਬਾਅਦ ਬੜਾ ਅੱਛਾ ਉਹ ਵਾਲਾ, ਫਿਰ ਨੈਕਸਟ ਈਅਰ ਬੱਚੇ ਨੇ ਇੱਕ ਨੇ ਸੁਜੈਸਟ ਕੀਤਾ, ਇੱਦਾਂ ਤੁਹਾਡੇ ਕੋਲ ਸੁਜੈਸ਼ਨ ਚਾਹੀਦੀਆਂ ਸਾਨੂੰ, ਨੈਕਸਟ ਈਅਰ ਬੱਚੇ ਨੇ ਸੁਜੈਸਟ ਕੀਤਾ ਕਿ ਸਰ ਇਹ ਜਿਹੜਾ ਕਾਲਜ ਦੇ ਵਿੱਚ ਕੋਈ ਕੁਰਕੁਰੇ ਖਾਂਦਾ, ਕੋਈ ਹੋਰ ਚੀਜ਼ ਖਾਂਦਾ, ਉੱਥੇ ਰੈਪਰ ਸਿੱਟ ਦਿੰਦੇ ਆ, ਇਹਦੇ ਲਈ ਇੱਕ ਕੋਸ਼ਿਸ਼ ਕੀਤੀ ਜਾਏ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੇਟਾ ਕਿਸ ਤਰ੍ਹਾਂ ਕਰ ਸਕਦੇ ਹਾਂ? ਤਾਂ ਬੱਚੇ ਨੇ ਕਿਹਾ, ਕਹਿੰਦੇ ਸਰ ਇਸ ਤਰ੍ਹਾਂ ਕਰੀਏ, ਅਸੀਂ ਸਾਰੇ ਜਿਹੜੇ ਐਟਲੀਸਟ ਗਾਂਧੀ ਯੁਵਾ ਮੰਚ ਦੇ ਮੈਂਬਰਸ ਹੈਗੇ ਹਾਂ, ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਕਾਲਜ ਕਿਤੇ ਚਲੇ ਜਾ ਰਹੇ, ਕੋਈ ਬੱਚਾ ਕੋਈ ਚੀਜ਼ ਸਿੱਟਦਾ ਨਾ, ਜਾ ਕੇ ਉਹ ਕਾਗਜ਼ ਉਠਾਉਣਾ, ਉਸ ਬੱਚੇ ਨੂੰ ਥੈਂਕਸ ਕਹਿ ਕੇ ਅਤੇ ਡਸਟਬਿਨ ਦੇ ਵਿੱਚ ਪਾ ਦੇਣਾ। ਮੈਂ ਉਹ ਕਿਹਾ ਬੇਟਾ ਇਹਦੇ ਨਾਲ ਕੀ ਫਰਕ ਕੀ ਪਏਗਾ? ਬੱਚਾ ਕਹਿੰਦਾ ਸਰ ਉਹ ਕਿੰਨਾ ਕੁ ਸ਼ਰਮਿੰਦਾ ਹੋਏਗਾ ਬੱਚਾ, ਜਦੋਂ ਉਹਨੇ ਕਾਗਜ਼ ਸਿੱਟਿਆ ਮੈਂ ਚੁੱਕ ਕੇ ਉਹਦਾ ਸ਼ੁਕਰੀਆ ਕਰਨਾ, ਥੈਂਕ ਯੂ ਕਹਿਣਾ ਉਹਨਾਂ ਨਾਲ, ਉਹਨੂੰ ਕਿੰਨੀ ਸ਼ਰਮ ਆਏਗੀ? ਬਿਲਕੁਲ। ਉਹ ਜਦੋਂ ਉਹਨਾਂ ਨੇ ਥੋੜ੍ਹੇ ਦੇਰ ਕੀਤਾ, ਉਸ ਤੋਂ ਬਾਅਦ ਮੈਂ ਯੂਜਲੀ ਹੁੰਦਾ ਸੀਗਾ ਕਿ ਜਦੋਂ ਮੈਂ ਕਿਤੇ ਕਲਾਸ ਵੱਲ ਆਪਣੀ ਜਾ ਰਿਹਾ, ਕੋਈ ਬੱਚਾ ਉੱਥੇ ਕਿਸੇ ਨੇ ਕਾਗਜ਼ ਮੰਨ ਲਓ ਗਿਰਾ ਦਿੱਤਾ, ਦੂਸਰਾ ਬੱਚਾ ਦੌੜ ਕੇ ਗਿਆ ਚੁੱਕਣ, ਤਾਂ ਉਹਨੇ ਜਾਣ ਬੁੱਝ ਕੇ ਚੁੱਕ ਕੇ ਮੇਰੇ ਵੱਲ ਦੇਖ ਕੇ ਉਸ ਬੱਚੇ ਵੱਲ ਦੇਖਣਾ, ਅਤੇ ਨਾਲ ਬੱਚੇ ਨੂੰ ਕਹਿਣਾ ਥੈਂਕ ਯੂ, ਅਤੇ ਬੱਚੇ ਨੇ ਨਾ ਕਰਨਾ ਸੋਰੀ ਸੋਰੀ, ਉਸ ਬੱਚੇ ਜਿਹਨੇ ਕਾਗਜ਼ ਗਿਰਾਇਆ ਨਾ ਸੋਰੀ। ਤਾਂ ਸਾਰੇ ਕਾਲਜ ਦੇ ਵਿੱਚ ਇਹ ਹੋਣ ਲੱਗਾ ਕਿ ਕਾਗਜ਼ ਸਿੱਟਣ ਤੋਂ ਜਾਂ ਕੋਈ ਰੈਪਰ ਖਾਲੀ ਸਿੱਟਣ ਤੋਂ ਬੱਚੇ ਡਰਨ ਲੱਗੇ, ਕਿ ਜੇ ਮੈਂ ਕਹਿ ਦਿੱਤਾ ਉਹਨਾਂ ਨੂੰ ਥੈਂਕਸ ਲੱਗਣ ਲੱਗਾ, ਜਿਹਦਾ ਥੈਂਕਸ ਕੋਈ ਸਾਨੂੰ ਵਧਾਈ ਨਹੀਂ ਦਿੱਤੀ ਜਾ, ਸਾਨੂੰ ਕੋਈ ਸ਼ੁਕਰੀਆ ਨਹੀਂ ਕੀਤਾ ਜਾ ਰਿਹਾ, ਥੈਂਕਸ ਨਾਲ ਸਾਨੂੰ ਸ਼ਰਮਿੰਦਾ ਕੀਤਾ ਜਾ ਰਿਹਾ। ਇਸ ਲਈ ਉਹਨਾਂ ਨੇ ਆਪਣੇ ਆਪ ਗਿਰਾਉਣਾ ਬੰਦ ਕਰਤਾ। ਸੋ ਇਸ ਤਰ੍ਹਾਂ ਦੇ ਕੁਛ ਨਵੇਂ ਆਈਡੀਆਜ਼ ਤੁਸੀਂ ਲੈ ਕੇ ਆਓਗੇ, ਨਵੀਆਂ ਚੀਜ਼ਾਂ ਤੁਸੀਂ ਸਿੱਖੋਗੇ, ਇਹੀ ਮੈਨੂੰ ਉਮੀਦ ਹੈ ਕਿ ਇਸ ਕੈਂਪ 'ਚ ਤੁਸੀਂ ਬਹੁਤ ਕੁਛ ਲਰਨ ਕਰਕੇ ਘਰ ਜਾਓਗੇ, ਉਹ ਲਰਨਿੰਗ ਜਿਹੜੀ ਘਰ ਲੈ ਕੇ ਜਾਓਗੇ, ਡੈਫੀਨੇਟਲੀ ਉਹ ਜਿਹੜੀ ਚੇਂਜ ਤੁਹਾਡੇ ਅੰਦਰ ਆਏਗੀ ਤੁਹਾਡੇ ਪੇਰੈਂਟਸ ਨੂੰ ਵੀ ਦਿਖੇਗੀ। ਜਦੋਂ ਚੇਂਜ ਤੁਹਾਡੇ ਪੇਰੈਂਟਸ ਨੂੰ ਦਿਖੇਗੀ, ਅਸੀਂ ਲੋਕ ਜਿੰਨੇ ਟੀਚਰਸ ਇੱਥੇ ਬੈਠੇ ਹਾਂ, ਅਸੀਂ ਉਸ ਦਿਨ ਸਮਝਾਂਗੇ ਕਿ ਜਿਸ ਮੋਟਿਵ ਲਈ ਅਸੀਂ ਤੁਹਾਨੂੰ ਇਸ 7 ਡੇ ਕੈਂਪ ਦੇ ਵਿੱਚ ਲਿਆਂਦਾ, ਸਾਡਾ ਮੋਟਿਵ ਸਕਸੈਸਫੁਲ ਹੋ ਗਿਆ। ਜਿਸ ਦਿਨ ਤੁਸੀਂ ਆਪਣੇ ਆਪ ਹੀ, ਪਰਟੀਕੁਲਰਲੀ ਬੋਇਜ਼ ਨੂੰ ਇਹ ਕਹਿਣ ਲੱਗਾ ਕਿ ਆਪਣੇ ਆਪ ਹੀ ਜਦੋਂ ਘਰ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਤੁਸੀਂ ਆਪਣੇ ਬਰਤਨ ਕਿਚਨ ਤੱਕ ਛੱਡਣ ਜਾਓਗੇ, ਉਹਦੇ ਨਾਲ ਹੀ ਤੁਹਾਡੇ ਮਦਰ ਦੇ ਚਿਹਰੇ ਉੱਤੇ ਅਲੱਗ ਤਰ੍ਹਾਂ ਦੀ ਖੁਸ਼ੀ ਹੈਗੀ, ਨਹੀਂ ਤਾਂ ਤੁਸੀਂ ਆਪਣੇ ਛੋਟੇ ਭੈਣ ਭਰਾ ਨੂੰ ਆਵਾਜ਼ ਮਾਰ ਦਿੰਦੇ ਹੋ ਮੇਰੇ ਭਾਂਡੇ ਲੈ ਜਾ ਚੱਕ ਕੇ, ਉਹਨਾਂ ਨੂੰ ਮਦਰ ਨੂੰ ਖੁਸ਼ੀ ਫੀਲ ਹੋਏਗੀ, ਫਾਦਰ ਨੂੰ ਖੁਸ਼ੀ ਫੀਲ ਹੋਏਗੀ, ਅਤੇ ਤੁਹਾਨੂੰ ਆਪਣੇ ਆਪ ਦੇ ਵਿੱਚ ਲੱਗੇਗਾ ਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਬੇਟਾ ਬਹੁਤ ਜ਼ਿਆਦਾ ਮੈਟਰ ਕਰਦੀਆਂ ਵੈ। ਇਸ ਤਰ੍ਹਾਂ ਦੀਆਂ ਛੋਟੀ ਛੋਟੀ ਚੀਜ਼ਾਂ ਇਸ ਕੈਂਪ ਦੇ ਵਿੱਚ ਤੁਸੀਂ ਸਿੱਖੋਗੇ ਅਤੇ ਉਹਨੂੰ ਆਪਣੀ ਲਾਈਫ ਦੇ ਵਿੱਚ, ਆਪਣੀ ਹੈਬਿਟਸ ਦੇ ਵਿੱਚ ਇਨਕਾਰਪੋਰੇਟ ਕਰੋਗੇ। ਇਹਨਾਂ ਸ਼ੁਭ ਇੱਛਾਵਾਂ ਦੇ ਨਾਲ ਮੈਂ ਤੁਹਾਨੂੰ ਅੱਜ ਇਸ ਕੈਂਪ ਦੀ ਬਿਗਨਿੰਗ 'ਤੇ ਵਧਾਈ ਵੀ ਦਿੰਦਾ ਅਤੇ ਉਮੀਦ ਕਰਦਾ ਕਿ ਡੈਫੀਨੇਟਲੀ ਲਾਸਟ ਡੇ ਤੁਸੀਂ ਆਪਣੇ ਬਹੁਤ ਅੱਛੇ ਅੱਛੇ ਐਕਸਪੀਰੀਅੰਸਿਸ ਇਸ ਕੈਂਪ ਦੇ ਸ਼ੇਅਰ ਕਰੋਗੇ। ਥੈਂਕ ਯੂ, ਥੈਂਕ ਯੂ ਸਰ। ਨਿਰਧਾਰਤ ਕਾਰਜਕ੍ਰਮਾਂ ਉਹਦੇ ਨਾਲ ਅੱਗੇ ਆਪਣੇ ਕੈਂਪ ਨੂੰ ਸ਼ੁਰੂ ਕਰਾਂਗੇ। ਸੋ ਸਾਰੇ ਬੱਚੇ ਉੱਥੇ ਪਹੁੰਚਣ ਅਤੇ ਪ੍ਰਿੰਸੀਪਲ ਸਰ ਵੀ ਸਾਡੇ ਨਾਲ ਜੇ ਕੰਪਨੀ ਕਰਨ ਤਾਂ ਸਾਨੂੰ ਖੁਸ਼ੀ ਹੋਊਗੀ। ਹਾਂਜੀ, ਰਾਜੀਵ ਸਰ ਦਾ ਲੈਕਚਰ ਜਿਹੜਾ ਉਹ ਉਸ ਤੋਂ ਬਾਅਦ ਫਿਰ ਅਸੀਂ ਇੱਕ ਟਾਰਗੇਟ ਕਰਕੇ ਸਰ ਆਪਣੇ NSS ਦਾ, ਉਸ ਤੋਂ ਬਾਅਦ ਮੈਂ ਤੁਹਾਨੂੰ 1 ਤੋਂ 1.5 ਦੇ ਵਿੱਚ ਬੁਲਾਵਾਂਗਾ ਇਸੇ ਜਗ੍ਹਾ 'ਤੇ ਇਸੇ ਵੇਲੇ। ਹਾਂਜੀ, ਥੈਂਕ ਯੂ, ਥੈਂਕ ਯੂ ਸਰ।